ਚਲੋ ਬੋਰਡਿੰਗ ਡਿਪਾਰਟਮੈਂਟ ਸਰ 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 ਇੱਧਰ ਸਰ ਸਰ ਉਹਨੂੰ ਲਗਾ ਲਓ ਜੀ ਪਾਣੀ ਜੀ ਉਹ ਪਾ ਦੇ ਵੀ ਇੱਧਰ ਦਿਖਾ ਕੇ ਜਰਾ ਇਹ ਇੱਧਰ ਵੀ ਦੇਖੋ ਸਾਹਮਣੇ ਨਹੀਂ ਆਂ ਹਾਂ ਹਾਂ ਠੀਕ ਹੈ ਸਰ ਆ ਜਾ ਜੀ ਚੱਲ 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 ਦੇਖੋ ਸਰ ਹੁਣ ਜੇ ਉੱਥੇ ਜਾਣਗੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕਰਦੇ ਉਹ ਕਾਰਵਾਈ ਕਰਨਗੇ ਅਸੀਂ ਲੈਣਾ ਸਾਨੂੰ ਜਿਹੜਾ ਮਤਲਬ ਵੀ ਕੋਈ ਇੱਕ ਹੋਰ ਗੱਲ ਸਾਹਮਣੇ ਆਈ ਹੈ ਜੀ ਤੁਹਾਡੀ ਕੋਈ ਮਾਮਲਾ ਦਰਜ ਦੀ ਗੱਲ ਆ ਰਹੀ ਹੈ ਕਰ ਲੈਣ ਜਿਹੜਾ ਦਰਜ ਕਰਨਾ ਡਰਦੇ ਮਾਮਲਿਆਂ ਤੋਂ ਤਾਂ ਤਿਆਰ ਬੈਠੇ ਮਾਮਲੇ ਦਰਜ ਇਹ ਜੋ ਮਰਜ਼ੀ ਕਰ ਲੈਣ ਸਰਕਾਰ ਪਰ ਇੰਨੀ ਹਿੰਮਤ ਹੀ ਹੈ ਨਹੀਂ ਕਿ ਸਰਕਾਰ ਤੁਹਾਡੇ ਨੋਟਿਸ 'ਚ ਹੈ ਨਹੀਂ ਹਜੇ ਖਜੇ ਤੱਕ ਕੋਈ ਨੋਟਿਸ ਨਹੀਂ ਹੈ ਨਹੀਂ ਕੋਈ ਗੱਲ ਕਹਿ ਕੇ ਮੁੱਕਰ ਗਏ ਵੋਟਰਾਂ ਨੂੰ ਕੀ ਅਪੀਲ ਕਰੂੰਗੇ ਸਰ ਵੋਟਰਾਂ ਨੂੰ ਬੇਨਤੀ ਕਰਦਾ ਮੈਂ ਕਿ ਵੱਧ ਤੋਂ ਵੱਧ ਵੋਟਾਂ ਪੋਲ ਹੋਣੀ ਚਾਹੀਦੀਆਂ ਨੇ ਬਹੁਤ ਵੱਡਾ ਅਧਿਕਾਰ ਆ ਤੁਹਾਡੇ ਕੋਲ ਵੋਟ ਦਾ ਸੋ ਇਹਨੂੰ ਇਸਤੇਮਾਲ ਕਰੋ ਜਿੱਥੇ ਮਨ ਦੀ ਆਵਾਜ਼ ਆ ਜ਼ਮੀਰ ਦੀ ਆਵਾਜ਼ ਆ ਬਿਨਾਂ ਕਿਸੇ ਦਬਾਅ ਡਰ ਤੋਂ ਵੋਟ ਦਾ ਇਸਤੇਮਾਲ ਕਰੋ ਇੱਕ ਪਾਸੇ ਆਪਣੇ ਨੇ ਦੂਜੇ ਪਾਸੇ ਬੇਗਾਨੇ ਨੇ ਤੁਸੀਂ ਆਪ ਹੀ ਸਾਰਾ ਜਾਣਦੇ ਹੋ ਬੇਗਾਨੇ ਵੀ ਅੱਗੇ ਪੜ੍ਹ ਕੇ ਦੇਖੇ ਨੇ ਸੋ ਮੈਂ ਇੱਕ ਪਰਿਵਾਰ ਦੀ ਤਰ੍ਹਾਂ ਇਸ ਇਲਾਕੇ 'ਚ ਵਿਚਰ ਰਿਹਾ ਸਾਰਾ ਹਲਕਾ ਮੇਰਾ ਪਰਿਵਾਰ ਆ ਸੋ ਅਸੀਂ ਚਾਹੁੰਦੇ ਹਾਂ ਸ਼ਾਂਤਮਈ ਵੋਟਾਂ ਪੈਣ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਬਾਹਰੇ ਆਏ ਨੇ ਬਾਹਰਲਿਆਂ ਨੇ ਚਲੇ ਜਾਣਾ ਅਸੀਂ ਇੱਥੇ ਰਹਿਣਾ ਸਾਡੇ ਪਰਿਵਾਰਾਂ 'ਚ ਪਿੰਡਾਂ 'ਚ ਕੋਈ ਲੜਾਈ ਝਗੜਾ ਕੋਈ ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਜਿਹੜਾ ਸਾਡਾ ਪਰਿਵਾਰਕ ਸਾਂਝ ਸਾਡੀ ਪਿੰਡਾਂ ਦੀ ਖਰਾਬ ਨਾ ਹੋਵੇ ਭਾਈਚਾਰਕ ਸਾਂਝ ਬਣੀ ਰਹੇ ਹਜੇ ਤੱਕ ਬਹੁਤ ਵਧੀਆ ਵਾ ਅਤੇ ਪਰਮਾਤਮਾ ਮਿਹਰ ਕਰੇ ਅਸੀਂ ਚੱਲੀ ਜਾਵੇ ਸ਼ਾਮ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ